ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਸਾਡੇ ਨਾਲ ਨੇ। ਕਿਸੇ ਹੋਰ ਸਿਲਸਿਲੇ 'ਚ ਇੱਥੇ ਇਕੱਤਰ ਹੋਏ ਸੀ ਪ੍ਰੈਸ ਕਲੱਬ ਦੇ ਵਿੱਚ, ਪਰ ਇਹਦੇ ਨਾਲ ਹੀ ਪੰਜਾਬ ਦਾ ਜੋ ਇਸ ਵੇਲੇ ਮਾਹੌਲ ਹੈ, ਇੱਕ ਮਰਡਰ ਹੋਇਆ ਅੰਮ੍ਰਿਤਸਰ ਅਤੇ ਇੱਕ ਹੋਇਆ ਸੰਗਰੂਰ। ਇੱਕ ਪਾਸੇ ਬੀਜੇਪੀ ਦੇ ਲੀਡਰ ਦੇ, ਹਿੰਦੂ ਲੀਡਰ ਦੇ ਉੱਤੇ ਹਮਲਾ ਹੋਇਆ, ਦੂਜੇ ਪਾਸੇ ਸਿੱਖ ਦੇ ਉੱਤੇ, ਸਰਪੰਚ ਦੇ ਪਤੀ ਦੇ ਉੱਤੇ। ਇਹਨਾਂ ਦੀ ਮੈਂ ਟਿੱਪਣੀ ਲੈਣਾ ਚਾਹੂੰਗਾ। ਦੇਖੋ, ਇਹ ਬਹੁਤ ਦੁਖਦਾਈ ਘਟਨਾਵਾਂ ਵਾਪਰੀਆਂ, ਔਰ ਕਤਲ ਭਾਵਾਂ ਕਿਸੇ ਦਾ ਹੋਵੇ, ਚਾਹੇ ਕਿਸੇ ਹਿੰਦੂ ਦਾ ਹੋਵੇ, ਸਿੱਖ ਦਾ ਹੋਵੇ, ਮੁਸਲਮਾਨ ਦਾ, ਈਸਾਈ ਦਾ, ਬੀਜੇਪੀ ਦਾ ਹੋਵੇ, ਆਰਐਸਐਸ ਦਾ ਹੋਵੇ, ਕਾਂਗਰਸ ਦਾ ਹੋਵੇ, ਅਕਾਲੀ ਦਾ ਹੋਵੇ, ਸਭ ਤੋਂ ਪਹਿਲਾਂ ਅਸੀਂ ਕੰਡੈਮ ਕਰਾਂਗੇ। ਕਿਉਂਕਿ ਜਿਸ ਸੂਬੇ ਦੇ ਵਿੱਚ ਲੋਕਾਂ ਦੀ ਜਾਨ ਅਤੇ ਮਾਲ ਮਹਿਫੂਜ਼ ਨਿਗੀ, ਉੱਥੇ ਕਦੀ ਕੋਈ ਪੁਖਤਾ ਤਰੱਕੀ ਨਹੀਂ ਹੋ ਸਕਦੀ। ਔਰ ਪੰਜਾਬ ਅੱਜ ਦੀ ਡੇਟ ਵਿੱਚ ਇੱਕ ਉੱਜੜਿਆ ਹੋਇਆ ਸੂਬਾ ਜਿੱਥੇ ਕੋਈ ਕੰਟਰੋਲ ਨਹੀਂ ਗਾ। ਚੀਫ ਮਿਨਿਸਟਰ ਸਾਹਿਬ 7 ਮਹੀਨਿਆਂ 7 ਵਾਰੀ ਪੰਜਾਬ ਨਹੀਂ ਆਉਂਦੇ, ਉਹਨਾਂ ਕੋਲ ਸਮਾਂ ਨਹੀਂ ਗਾ ਕਿ ਉਹ ਰੈਗੂਲਰਲੀ ਪੁਲਿਸ ਦੇ ਉੱਤੇ ਕੋਈ ਕੰਟਰੋਲ ਕਰ ਸਕਣ। ਆਪ ਉਹ ਵਿਦੇਸ਼ੀ ਦੋਸਤਾਂ ਨਾਲ ਪਹਾੜਾਂ 'ਚ ਘੁੰਮ ਰਹੇ ਨੇ, ਇੱਥੇ ਰੈਗੂਲਰ ਹੋਮ ਮਿਨਿਸਟਰ ਚਾਹੀਦਾ। ਪੁਲਿਸ ਦੀ ਜਿਹੜੀ ਹੈ ਕਮਾਂਡ, ਚੇਨ ਆਫ ਕਮਾਂਡ ਟੁੱਟੀ ਹੋਈ ਹੈ, ਕਿਉਂਕਿ ਜਿੱਦਾਂ ਅਕਾਲੀਆਂ ਨੇ 10 ਸਾਲ ਇਹਦਾ ਦੁਰਉਪਯੋਗ ਕੀਤਾ ਫੋਰ ਪਰਸਨਲ ਵਿਮਸ ਐਂਡ ਫੈਂਸੀਜ਼, ਇਸ ਨੂੰ ਪੋਲੀਟੀਸਾਈਜ਼ ਕੀਤਾ, ਇਹਨੂੰ ਇਹਦਾ ਸਿਆਸੀਕਰਨ ਤੋੜਿਆ ਜਾਣਾ ਚਾਹੀਦਾ, ਔਰ ਇਹਦੀ ਕਮਾਂਡ ਜਿਹੜੀ ਆ ਕਿਸੇ ਇੱਕ ਅੱਛੇ ਹੋਮ ਮਿਨਿਸਟਰ ਦੇ ਹੱਥ ਦਿੱਤੀ, ਜਿਹੜਾ ਰੋਜ਼ ਨਿਗਰਾਨੀ ਕਰੇ। ਕਿਉਂਕਿ ਤੁਸੀਂ ਲੁਧਿਆਣੇ ਦਾ ਆਰਐਸਐਸ ਕਤਲ ਨੂੰ ਤਾਂ ਐਨਆਈਏ ਨੂੰ ਦਿੱਤੀ ਜਾਂਚ ਦਿੱਲੀ। ਇੱਥੇ ਤੁਹਾਨੂੰ ਲੈਣਾ ਚਾਹੂੰਗਾ ਕਿ ਪੰਜਾਬ ਪੁਲਿਸ ਦਾ ਰੋਲ ਹੈ, ਖਾਸ ਕਰ ਡੀਜੀ ਪੰਜਾਬ ਦਾ, ਉਹਦੇ ਬਾਰੇ ਤੁਸੀਂ ਕੀ ਟਿੱਪਣੀ ਦੇਣਾ ਚਾਹੋਗੇ? ਜਦ ਮੈਂ ਪੁਲਿਸ ਕਹਿ ਰਿਹਾ, ਉਹਦਾ ਸਭ ਦਾ ਹੀ ਫੇਲੀਅਰ ਹੈ। ਜਦ ਦਿਨ ਦਿਹਾੜੇ ਕਤਲ ਹੋ ਰਹੇ ਨੇ, ਚਾਹੇ ਉਹ ਅਧਿਆਪਕ ਦਲ ਦੇ ਪ੍ਰਧਾਨ ਦਾ ਵਾ, ਚਾਹੇ ਉਹ ਹਿੰਦੂ ਸ਼ਿਵ ਸੈਨਾ ਦੇ ਲੀਡਰ ਦਾ, ਸੀਸੀਟੀਵੀ 'ਚ ਤਸਵੀਰਾਂ ਕੈਚ ਹੋ ਰਹੀਆਂ, ਪੁਲਿਸ ਕਿਸੇ ਨੂੰ ਫੜ ਹੀ ਨਹੀਂ ਸਕੀ ਅੱਜ ਤੱਕ। ਸੋ ਦੇਅਰਫੋਰ ਇਟਸ ਅ ਟੋਟਲ ਫੇਲੀਅਰ, ਕੋਲੈਪਸ ਆਫ ਲਾਅ ਐਂਡ ਆਰਡਰ ਇਨ ਪੰਜਾਬ। ਔਰ ਇਹਦਾ ਕਾਰਨ ਜਿਹੜਾ ਮੈਂ ਦੁਬਾਰਾ ਕਹਿ ਰਿਹਾ ਨਾ ਕਿ ਕੈਪਟਨ ਸਾਹਿਬ ਕੋਲ ਟਾਈਮ ਨਹੀਂ ਗਾ। ਇੱਥੇ ਹੋਮ ਮਿਨਿਸਟਰ ਇੱਕ ਪ੍ਰੋਪਰ ਰੈਗੂਲਰ, ਬਲਕਿ ਤਾਂ ਵਜ਼ਾਰਤ ਪੂਰੀ ਚਾਹੀਦੀ ਆ, 9 ਹੀ ਮੰਤਰੀ ਨੇ ਇੱਥੇ। ਅੱਜ ਐਗਰੀਕਲਚਰ ਮਿਨਿਸਟਰ ਨਹੀਂ ਗਾ, ਇੱਥੇ ਰੈਗੂਲਰ ਮਿਨਿਸਟਰਸ ਹੀ ਹੈ ਨਹੀਂ ਗੇ ਕੋਈ ਵੀ। ਦੇਅਰਫੋਰ ਫੋਕਸ ਇਜ਼ ਨੋਟ ਦੇਅਰ। ਐਂਡ ਜਿਹੜਾ ਅਗੇਨ ਮੈਂ ਕਹਿਣਾ ਕਿ ਪੰਜਾਬ ਦੇ ਵਿੱਚ ਇਸ ਲਈ ਹੋ ਰਹੀਆਂ ਘਟਨਾਵਾਂ ਕਿਉਂਕਿ ਪੁਲਿਸ ਦਾ ਹੋਰਨਾਂ ਗੱਲਾਂ ਵਿੱਚ ਧਿਆਨ ਹੈ, ਦੁਰਉਪਯੋਗ ਕੀਤਾ ਜਾ ਰਿਹਾ ਫੋਰ ਪੋਲੀਟੀਕਲ ਪਰਪਸਿਸ। ਪੁਲਿਸ ਦੇ ਉੱਤੇ ਸਾਰਾ ਜਿਹੜਾ ਇਹਨਾਂ ਨੇ ਇੱਕ ਜਿਹੜਾ ਤੋੜਾ ਸੁੱਟਿਆ, ਦੂਜਾ ਇਹਨਾਂ ਨੇ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦਾ ਸਾਈਜ਼ ਛੋਟਾ ਹੈ, ਅਤੇ ਦੂਜੀ ਉਸ ਤੋਂ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਰੈਗੂਲਰ ਹੋਮ ਮਿਨਿਸਟਰ ਪੰਜਾਬ ਕੋਲ ਨਹੀਂ ਹੈ।